ਸਾਰੇ ਹੀ ਭੈਣਾ ਤੇ ਭਰਾਵਾਂ ਨੂੰ ਸਤ ਸ੍ਰੀ ਅਕਾਲ ਮਾਸਟਰ ਕੇਡਰ ਯੂਨੀਅਨ ਚੈਨਲ ਤੇ ਤੁਹਾਡਾ ਸਵਾਗਤ ਹੈ ਜਿਵੇਂ ਕਿ ਤੁਸੀਂ ਸਾਰੇ ਹੀ ਜਾਣਦੇ ਹੋ ਕਿ ਅੱਜ ਬੀਐਡ ਟੈਟ ਪਾਸ ਯੂਨੀਅਨ ਦੀ ਇੱਕ ਮੀਟਿੰਗ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਜ ਜੀ ਦੇ ਨਾਲ ਹੋਈ ਹੈ ਤੇ ਇਸ ਮੀਟਿੰਗ ਦੇ ਵਿੱਚ ਤਿੰਨ ਮੁੱਖ ਮੈਨ ਮੰਗਾਂ ਨੂੰ ਲੈ ਕੇ ਗੱਲਬਾਤ ਜਿਹੜੀ ਹਰਜੋਤ ਸਿੰਘ ਬੈਂਜ ਜੀ ਦੇ ਨਾਲ ਕੀਤੀ ਗਈ ਹੈ ਜਿਦੇ ਵਿੱਚ ਕਿ 55% ਦੀ ਸ਼ਰਤ ਨੂੰ ਰੱਦ ਕਰਨ ਦੇ ਲਈ ਤੇ ਦੂਸਰੀ ਵੱਡੀ ਸ਼ਰਤ ਸੀ ਜਿਹੜੀ ਕਿ ਮਾਸਟਰ ਕੇਡਰ ਦੀ ਨਵੀਂ ਭਰਤੀ ਜਲਦੀ ਤੋਂ ਜਲਦੀ ਉਹ ਤਾਂ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ ਅਤੇ ਤੀਸਰਾ ਲੈਕਚਰਰ ਦੇ ਭਰਤੀ ਦੇ ਵਿੱਚ ਐਸਐਸਟੀ ਸਬਜੈਕਟ ਨੂੰ ਕਨਸੀਡਰ ਕੀਤਾ ਜਾਵੇ ਟੀਚਿੰਗ ਆਫ ਸਬਜੈਕਟ ਦੀ ਜਗ੍ਹਾ ਤੇ ਤਾਂ ਇਹਨਾਂ ਤਿੰਨਾਂ ਮੰਗਾਂ ਨੂੰ ਲੈ ਕੇ ਮੀਟਿੰਗਾਂ ਜਿਹੜੀ ਉਹ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਜੀ ਦੇ ਨਾਲ ਹੋ ਚੁੱਕੀ ਹੈ ਵੀਡੀਓ 'ਚ ਤੁਹਾਨੂੰ ਇਸ ਮੀਟਿੰਗ ਦੀ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕੀ ਗੱਲਬਾਤ ਉੱਥੇ ਰੱਖੀ ਗਈ ਤੇ ਅੱਗੋਂ ਜਿਹੜਾ ਸਿੱਖਿਆ ਮੰਤਰੀ ਦਾ ਰਿਸਪੌਂਸ ਆ ਉਹ ਕੀ ਰਿਹਾ ਇੱਕ ਬੇਨਤੀ ਉਸ ਤੋਂ ਪਹਿਲਾਂ ਸਾਰੇ ਹੀ ਦੇਖਣ ਵਾਲੇ ਮੇਰੇ ਸਾਰੇ ਹੀ ਭੈਣਾਂ ਤੇ ਭਰਾਵਾਂ ਨੂੰ ਆ ਕਿ ਜਿਨ੍ਹਾਂ ਨੂੰ ਲੱਗਦਾ ਕਿ ਸਾਡਾ ਟਾਈਮ ਖਰਾਬ ਹੁੰਦਾ ਵੀਡੀਓ ਦੇਖ ਕੇ ਜਾਂ ਕਿ ਮੇਰੇ ਵੱਲੋਂ ਗਮਰਾਹ ਕੀਤਾ ਜਾ ਰਿਹਾ ਹੈ ਜਾਂ ਮੈਂ ਝੂਠੀ ਜਾਣਕਾਰੀ ਦਿੰਨਾ ਜੋ ਵੀ ਤੁਹਾਨੂੰ ਲੱਗਦਾ ਤੁਹਾਡੇ ਮਨਚਾ ਤਾਂ ਤੁਸੀਂ ਪਲੀਜ਼ ਮੇਰਾ ਚੈਨਲ ਅਨਸਬਸਕ੍ਰਾਈਬ ਕਰ ਸਕਦੇ ਹੋ ਪਰ ਕੋਈ ਪੁੱਠਾ ਸਿੱਧਾ ਕਮੈਂਟ ਕਰਨ ਦੀ ਖੇਚਲਾ ਨਾ ਕਰਿਓ ਤੇ ਹਾਂ ਜੇ ਕਿਸੇ ਨੇ ਕਮੈਂਟ ਕਰਨਾ ਹੈ ਤਾਂ ਆਪਣਾ ਨਾਮ ਪਤਾ ਜਾਂ ਫੋਨ ਨੰਬਰ ਪਲੀਜ਼ ਨਾਲ ਲਿਖ ਦਿਓ ਤੇ ਫਿਰ ਥੋੜੇ ਦਿਨਾਂ ਚ ਮੈਂ ਤੁਹਾਨੂੰ ਰਿਜ਼ਲਟ ਦਿਖਾਉਣ ਜਾ ਰਿਹਾ ਹਾਂ ਕੁਝ ਤੇ ਉਮੀਦ ਕਰਦਾ ਤੁਹਾਨੂੰ ਵਧੀਆ ਵੀ ਲੱਗਣਗੇ ਉਹ ਰਿਜ਼ਲਟ ਕਿਉਂਕਿ ਇਦਾਂ ਕਿਸੇ ਨੂੰ ਵੀ ਕਮੈਂਟ ਕਰ ਦੇਣਾ ਕੋਈ ਚੰਗੀ ਗੱਲ ਨਹੀਂ ਹੁੰਦੀ ਕਿਉਂਕਿ ਮੈਂ ਕਿਸੇ ਲਈ ਬੈਡ ਲੈਂਗੁਏਜ ਯੂਜ਼ ਨਹੀਂ ਕਰਦਾ ਹਾਲਾਂਕਿ ਮੈਨੂੰ ਪਤਾ ਮੈਨੂੰ ਪਿਛਲੇ ਕਾਫੀ ਦਿਨਾਂ ਤੋਂ ਥੋੜੇ ਕਮੈਂਟ ਆ ਰਹੇ ਨੇ ਉੱਥੇ ਸਿੱਧੇ ਤੇ ਮੈਂ ਕਿਸੇ ਦਾ ਵੀ ਜਵਾਬ ਨਹੀਂ ਦੇ ਰਿਹਾ ਤੇ ਥੋੜੇ ਦਿਨਾਂ ਤੱਕ ਇੱਕ ਵਧੀਆ ਜਵਾਬ ਦੇਵਾਂਗੇ ਇਸ ਕਰਕੇ ਮੈਂ ਨਹੀਂ ਚਾਹੁੰਦਾ ਮੈਂ ਆਪਣੀ ਆਪਣੇ ਗਲਤ ਸ਼ਬਦਾਂ ਦੀ ਵਰਤੋਂ ਤੁਹਾਡੇ ਲਈ ਕਰਾਂ ਸਿਰਫ ਉਹਨਾਂ ਲਈ ਜਿਹਨਾਂ ਨੂੰ ਲੱਗਦਾ ਕਿ ਮੈਂ ਝੂਠ ਬੋਲਦਾ ਜਾਂ ਤੁਹਾਨੂੰ ਗੁੰਮਰਾਹ ਕਰਦਾ ਜਾਂ ਮੇਰਾ ਜਿਹੜਾ ਥੰਬਨੇਲ ਹੈ ਉਹ ਕੁਝ ਹੋਰ ਹੁੰਦਾ ਤੇ ਵੀਡੀਓ 'ਚ ਕੁਝ ਹੋਰ ਹੁੰਦਾ ਕਿਉਂਕਿ ਕਈ ਚੀਜ਼ਾਂ ਦੇ ਜਵਾਬ ਮੈਂ ਤੁਹਾਨੂੰ ਦੇਣੇ ਚਾਹੁੰਦਾ ਪਰ ਮੈਨੂੰ ਲੱਗਦਾ ਵੀ ਹਲੇ ਟਾਈਮ ਥੋੜਾ ਸਹੀ ਨਹੀਂ ਹੈਗਾ ਤੇ ਮੈਂ ਪ੍ਰੋਪਰ ਤਰੀਕੇ ਨਾਲ ਵਿਧ ਪ੍ਰੂਫ ਸਾਰੇ ਜਵਾਬ ਦੇਵਾਂਗਾ ਤੁਹਾਨੂੰ ਮੇਰੇ ਕੋਲੇ ਕੱਲੀ-ਕੱਲੀ ਚੀਜ਼ ਦਾ ਪ੍ਰੂਫ ਆ ਤੇ ਕੱਲੇ-ਕੱਲੇ ਕਮੈਂਟ ਦਾ ਸਕਰੀਨਸ਼ਾਟ ਮੇਰੇ ਕੋਲੇ ਲਿਆ ਪਿਆ ਤੇ ਤੁਸੀਂ ਟੈਨਸ਼ਨ ਨਾ ਲਵੋ ਜਿਹੜੇ ਪੁੱਠੇ ਸਿੱਧੇ ਕਮੈਂਟ ਕਰਦੇ ਆ ਸਾਰਿਆਂ ਨੂੰ ਕੱਲੇ ਤੇ ਥੋੜੀ ਵਧੀਆ ਵੀਡੀਓ ਬਣਾ ਕੇ ਦੇਵਾਂਗੇ ਇਸ ਵੀਡੀਓ ਚ ਤਾਂ ਸਿਰਫ ਤੁਹਾਨੂੰ ਆਪਾਂ ਇਸ ਭਰਤੀ ਸੰਬੰਧੀ ਸੌਰੀ ਇਸ ਮੀਟਿੰਗ ਸੰਬੰਧੀ ਜਾਣਕਾਰੀ ਦੇਣੀ ਆ ਬਸ ਇਹੀ ਇੱਕ ਤੋਂ ਬੇਨਤੀਆਂ ਨੇ ਜੇ ਤੁਹਾਨੂੰ ਲੱਗਦਾ ਤੁਹਾਡਾ ਟਾਈਮ ਖਰਾਬ ਹੁੰਦਾ ਮੇਰੀ ਚੈਨਲ ਦੀ ਵੀਡੀਓ ਦੇਖਿਆ ਨਾ ਕਰੋ ਕਿਉਂਕਿ ਮੈਂ ਤੁਹਾਨੂੰ ਖਿੱਚ ਕੇ ਨਹੀਂ ਲੈ ਕੇ ਆਉਂਦਾ ਕਿਸੇ ਨੂੰ ਬਿਕ ਪਾਈ ਆਓ ਮੇਰੇ ਚੈਨਲ ਦੀ ਵੀਡੀਓ ਦੇਖੋ ਤੇ ਵੀ ਇਦਾਂ ਕਰਕੇ ਤੁਹਾਨੂੰ ਇਹ ਆ ਚੀਜ਼ ਮਿਲੂਗੀ ਕਿਉਂਕਿ ਤੁਸੀਂ ਖੁਦ ਚੱਲ ਕੇ ਆਉਨੇ ਹੋ ਮੇਰਾ ਮਾੜੀਆ ਵੀਡੀਓ ਤਾਂ ਪਲੀਜ਼ ਦੇਖੋ ਨਾ ਹੋਰ ਬਥੇਰੇ ਚੈਨਲ ਆ ਤੁਹਾਨੂੰ ਵਧੀਆ ਜਾਣਕਾਰੀ ਦੇਣ ਵਾਲੇ ਤੁਹਾਨੂੰ ਜਿਹੜੇ ਲੱਗਦਾ ਤੁਹਾਨੂੰ ਸੱਚੇ ਆ ਤਾਂ ਉਹ ਵੀ ਥੋੜੇ ਦਿਨਾਂ ਅੰਦਰ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਕੋਈ ਨਾ ਟੈਨਸ਼ਨ ਨਾ ਲਵੋ ਤੇ ਵੀਰ ਬਣ ਕੇ ਪਰ ਪੁੱਠਾ ਸਿੱਧਾ ਕਮੈਂਟ ਕਰਨੀ ਖੇਚਲਾ ਨਾ ਕਰਿਓ ਤਾਂ ਜਾਂ ਫਿਰ ਕਰਿਓ ਮਰਦਾਂ ਵਾਲੀ ਗੱਲ ਜੇ ਤੁਸੀਂ ਪੁੱਠਾ ਸਿੱਧਾ ਕਮੈਂਟ ਕਰਨਾ ਨਾ ਤਾਂ ਫਿਰ ਮਰਦਾਂ ਵਾਲੀ ਗੱਲ ਕਰਿਓ ਫਿਰ ਆਪਣਾ ਨਾਮ ਪਤਾ ਜ਼ਰੂਰ ਲਿਖਦਿਆ ਕਰੋ ਕਿਉਂਕਿ ਲੱਭਦਾ ਮੈਂ ਵੈਸੇ ਵੀ ਲੈਣਿਆ YouTube ਚੈਨਲ ਤੋਂ ਕਿਉਂਕਿ ਸਾਈਬਰ ਕ੍ਰਾਈਮ ਤੇ ਸਭ ਕੁਝ ਹੋ ਜਾਂਦਾ ਤੇ ਫਿਰ ਮਰਦਾਂ ਵਾਲੀ ਗੱਲ ਇਦਾਂ ਕਰਿਓ ਵੀ ਕਮੈਂਟ ਲਿਖਣ ਵੇਲੇ ਨਾ ਆਪਣਾ ਨਾਮ ਪਤਾ ਲਿਖ ਦਿਆ ਕਰੋ ਤਾਂ ਕਿ ਫਿਰ ਮੈਂ ਤੁਹਾਨੂੰ ਦੱਸ ਸਕਾਂ ਦੱਸ ਸਕਾਂ ਕਿ ਮੈਂ ਕੀ ਕਰ ਸਕਦਾ ਤੇ ਇਹ ਤਾਂ ਸੀ ਥੋੜੀਆਂ ਜ਼ਰੂਰੀ ਗੱਲਾਂ ਬਾਤਾਂ ਫਿਲਹਾਲ ਇਹ ਤੇ ਇੰਨਾ ਕੀ ਬੋਲਿਆ ਜਰੂਰ ਇੱਕ ਵਧੀਆ ਵੀਡੀਓ ਲੈ ਕੇ ਆਵਾਂਗੇ ਥੋੜੇ ਦਿਨਾਂ ਤੱਕ ਤੇ ਸਬਰ ਥੋੜਾ ਰੱਖੋ ਹੁਣ ਗੱਲਬਾਤ ਕਰਦੇ ਆ ਮੀਟਿੰਗ ਦੀ ਅਪਡੇਟ ਬਾਰੇ ਕਿ ਮਾਸਟਰਕਿਟ ਦੇ ਅੱਜ ਦੀ ਜਿਹੜੀ ਭਰਤੀ ਆ ਉਸ ਦੀ ਕੀ ਅਪਡੇਟ ਰਹੀ ਹੈ ਇਦੇ ਵਿੱਚ ਜਿਹੜੇ ਆਪਣੇ ਤੁਸੀਂ ਸਕਰੀਨ ਤੇ ਕੁਝ ਸਾਥੀ ਦੇਖ ਰਹੇ ਹੋ ਕਿ ਅੱਜ ਆਪਣਾ ਮੀਟਿੰਗ ਕਰਕੇ ਆਏ ਨੇ ਮਾਸਟਰ ਕੈਡਰ ਦੀ ਭਰਤੀ ਦੇ ਸਬੰਧ ਦੇ ਵਿੱਚ ਅਤੇ 55% ਦੀ ਸ਼ਰਤ ਦੇ ਸਬੰਧ ਦੇ ਵਿੱਚ ਤਾਂ ਮੀਟਿੰਗ ਦੇ ਵਿੱਚ ਜਦੋਂ ਉਹਨਾਂ ਵੱਲੋਂ ਅੱਜ ਬੀਏ ਟਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਅਤੇ ਲੈਕਚਰਾਰ ਯੂਨੀਅਨ ਇਹਨਾਂ ਦੋਨਾਂ ਯੂਨੀਅਨਾਂ ਦੀ ਵੱਖਰੇ ਵੱਖਰੇ ਤੌਰ ਤੇ ਇੱਕ ਮੀਟਿੰਗਾਂ ਜਿਹੜੀ ਉਹ ਪੰਜਾਬ ਭਵਨ ਚੰਡੀਗੜ੍ਹ ਵਿਖੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਜੀ ਦੇ ਨਾਲ ਹੋਈ ਹੈ ਤੇ ਮੀਟਿੰਗ ਬਹੁਤ ਹੀ ਸਖਾਵੇ ਮਾਹੌਲ ਵਿਖੇ ਹੋਈ ਹੈ ਤੇ ਮੀਟਿੰਗ ਦੇ ਵਿੱਚ 55% ਦੀ ਸ਼ਰਤ ਜਿਹੜਾ ਰੱਦ ਕਰਨਾ ਨਵੀਂ ਭਰਤੀ ਸਾਰੇ ਹੀ ਵਿਸ਼ਿਆਂ ਦੀ ਅਤੇ ਲੈਕਚਰਰ ਭਰਤੀ ਵਿੱਚ ਟੀਚਿੰਗ ਆਫ ਸੋਸ਼ਲ ਸਾਇੰਸ ਵਿਸ਼ੇ ਨੂੰ ਸ਼ਾਮਲ ਕਰਨ ਬਾਰੇ ਜਿਹੜੀ ਵਧੀਆ ਵਿਚਾਰ ਚਰਚਾ ਕੀਤੀ ਗਈ ਅਤੇ ਇਸ ਮੀਟਿੰਗ ਵਿੱਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਆਪਣੀਆਂ ਜਾਇਜ਼ ਮੰਗਾਂ ਨੂੰ ਮੰਨਣ ਲਈ ਜਿਹੜੀ ਸਹਿਮਤੀ ਆਉ ਦੇ ਦਿੱਤੀ ਗਈ ਹੈ ਜਾਨੀ ਕਿ ਜਿਹੜੀਆਂ ਉਹਨਾਂ ਨੂੰ ਲੱਗਦਾ ਕਿ ਮੰਗਾਂ ਜਾਇਜ਼ ਨੇ ਉਹ ਅਸੀਂ ਮੰਨ ਲਵਾਂਗੇ ਤੇ ਉਹਨਾਂ ਨੇ ਇਹ ਵੀ ਕਿਹਾ ਨਾਲ ਜਿਹੜੀ ਸਭ ਤੋਂ ਮੀਟਿੰਗ ਦੀ ਅੱਜ ਦੀ ਬਹੁਤ ਵੱਡੀ ਅਪਡੇਟ ਹੈ ਕਿ 55% ਦੀ ਸ਼ਰਤ ਨੂੰ ਰੱਦ ਕਰਨ ਅਤੇ ਲੈਕਚਰਾਰ ਦੇ ਵਿੱਚ ਸੋਧ ਕਰਨ ਦੇ ਲਈ ਜਿਹੜੀ ਇੱਕ ਨਵੀਂ ਕਮੇਟੀ ਹੈ ਉਸ ਕਮੇਟੀ ਦਾ ਜਿਹੜਾ ਗਠਨ ਕੀਤਾ ਜਾ ਚੁੱਕਾ ਹੈ ਤੇ ਕਮੇਟੀ ਕੰਮ ਕਰ ਰਹੀ ਹੈ ਉਮੀਦ ਕਰਦੇ ਹਾਂ ਕਿ ਥੋੜੇ ਦਿਨਾਂ ਤੱਕ ਕਮੇਟੀ ਆਪਣੀ ਰਿਪੋਰਟ ਜਿਹੜੀ ਉਹ ਦੇ ਦੂਗੀ ਕਿ 55% ਦੀ ਸ਼ਰਤ ਲੱਗਣੀ ਚਾਹੀਦੀ ਹੈ ਜਾਂ हटਣੀ ਚਾਹੀਦੀ ਹੈ ਜੋ ਵੀ ਇਹਦੇ ਤੇ ਅਪਡੇਟ ਹੋਊਗੀ ਇੱਕ ਥੋੜੀ ਜੀ ਅਗਲੀ ਅਪਡੇਟ ਦੇਣ ਤੋਂ ਪਹਿਲਾਂ ਇੱਕ ਤੁਹਾਨੂੰ ਇੱਕ ਬੇਨਤੀ ਹੋਰ ਆ ਕਿ ਦੇਖੋ ਕਈ ਵਾਰੀ ਪਤਾ ਕੀ ਹੁੰਦਾ ਵੀ ਤੁਸੀਂ ਕਹਿ ਦਿੰਦੇ ਹੋ ਕਿ ਇਹ ਕਿੱਡੀਕ ਜਾਣਕਾਰੀ ਸੀ ਏਡੀਕ ਜਾਣਕਾਰੀ ਦੇਣ ਦੀ ਸਾਨੂੰ ਲੋੜ ਹੀ ਨਹੀਂ ਸੀਗੀ ਵੀ ਤੁਸੀਂ ਅਪਡੇਟ ਨਾ ਦਿੰਦੇ ਤਾਂ ਸਾਡਾ ਇਦਾਂ ਹੀ ਸਰ ਜਾਣਾ ਸੀਗਾ ਸਾਨੂੰ ਪਤਾ ਲੱਗਿਆ ਹਾਂ ਦੇਖੋ ਮੈਂ ਕੱਲੇ ਤੁਹਾਡੇ ਲਈ ਚੈਨਲ ਨਹੀਂ ਬਣਾਇਆ ਮੇਰੇ ਨਾਲ 36700 ਬੰਦਾ ਜੁੜਿਆ ਹੋਇਆ ਤੇ ਮੈਂ ਜ਼ੀਰੋ ਤੋਂ ਸਟਾਰਟ ਕੀਤਾ ਸੀ ਮੇਰੀ ਮੈਂ ਖੁਦ ਮੇਰੀ ਇਹ ਮਨਛਾ ਹੁੰਦੀ ਹੈ ਕਿ ਮੈਂ ਜਿਹੜੇ ਮੇਰੇ ਨਾਲ ਜੁੜਿਆ ਮੈਂ ਤਾਂ ਉਹਨਾਂ ਤੱਕ ਅਪਡੇਟ ਦੇਣੀ ਆ ਜਿਨ੍ਹਾਂ ਨੂੰ ਲੱਗਦਾ ਕਿ ਹਾਂ ਸਾਨੂੰ ਇਹ ਅਪਡੇਟ ਦੀ ਲੋੜ ਨਹੀਂ ਉਹ ਪਲੀਜ਼ ਨਾ ਦੇਖਿਆ ਕਰਨਾ ਤੇ ਦੂਸਰਾ ਇਹ ਜਿਵੇਂ ਮੈਂ ਕੱਲ ਇੱਕ ਬਠਿੰਡੇ ਦੀ ਮੀਟਿੰਗ ਦੀ ਅਪਡੇਟ ਪਾਈ ਸੀ ਕਿ ਆਹ ਅਪਡੇਟ ਆ ਪਾਈ ਕਿ ਇਦਾਂ ਕਿਹਾ ਜਿਹੜਾ ਹਿਮਾਂਸ਼ੂ ਜੈਨ ਜੀ ਨੇ ਜਿਹੜੇ ਮੁੱਖ ਮੰਤਰੀ ਦੇ ਸਕੱਤਰ ਨੇ ਤਾਂ ਕਈਆਂ ਨੇ ਕਮੈਂਟ ਆਏ ਕਿ ਇਹ ਕਿੱਡੀ ਕੁ ਅਪਡੇਟ ਸੀ ਹੁਣ ਮੈਨੂੰ ਇੱਕ ਕੱਲ ਦੱਸੋ ਹੁਣ ਮੈਂ ਇੱਥੇ ਇਹ ਕਿਵੇਂ ਕਹਿ ਦਿੰਦਾ ਵੀ ਹਿਮਾਂਸ਼ੂ ਜੈਨ ਨੇ ਕਿਹਾ ਕਿ ਨਵੀਂ ਭਰਤੀ ਆਊਗੀ ਦੇਖੋ ਜੇ ਤਾਂ ਮੈਂ ਇਹ ਕਹਿ ਦਿੰਦਾ ਵੀ ਹਿਮਾਂਸ਼ੂ ਜੈਨ ਨੇ ਕਿਹਾ ਤਾਂ ਵੀ ਭਾਈ ਥੋੜੀ ਸ਼ਰਤ ਰੱਦ ਹੋ ਜੂਗੀ ਫਿਰ ਤਾਂ ਤੁਸੀਂ ਕਹਿਣਾ ਸੀ ਵੀ ਤੁਸੀਂ ਝੂਠ ਬੋਲਦੇ ਹੋ ਤੇ ਤੁਸੀਂ ਸਾਨੂੰ ਗਮਰਾਹ ਕਰਦੇ ਹੋ ਫਿਰ ਵੀ ਤੁਸੀਂ ਮਾਨ ਨਹੀਂ ਸੀਗੇ ਤੇ ਜੇ ਮੈਂ ਇਹ ਕਹਤਾ ਵੀ ਜਿਹੜੀ ਜਿਹੜੀ ਸਹੀ ਅਪਡੇਟ ਸੀਗੀ ਮੈਂ ਦੇਖੋ ਹੁਣ ਸਰਕਾਰ ਦੀ ਲੈਂਗੁਏਜ ਜੋ ਹੁੰਦੀ ਹੈ ਮੈਂ ਪ੍ਰੋਪਰ ਤੁਹਾਡੇ ਸਾਹਮਣੇ ਰੱਖ ਦਿੰਦਾ ਹੁਣ ਉੱਥੇ ਤੁਸੀਂ ਕਹਿ ਰਹੇ ਹੋ ਕਿ ਇਹੀ ਜੀ ਅਪਡੇਟ ਤੋਂ ਕੀ ਕਰਨਾ ਕਿਉਂਕਿ ਉਹ ਅਪਡੇਟ ਥੋੜੀ ਨਾ ਅ ਨੈਗੇਟਿਵਿਟੀ ਵਾਲੀ ਹੁੰਦੀ ਆ ਵੀ ਆਪਾਂ ਨੂੰ ਵਧੀਆ ਰਿਸਪਾਂਸ ਨਹੀਂ ਹੁੰਦਾ ਇਸ ਕਰਕੇ ਤੁਸੀਂ ਵੀ ਤੁਹਾਨੂੰ ਵੀ ਲੱਗਦਾ ਵੀ ਯਾਰ ਇਹ ਕਿਹੜਾ ਕੋਈ ਅਪਡੇਟ ਸੀ ਕਿ ਮੈਨੂੰ ਪਤਾ ਤੁਹਾਡੇ ਵੀ ਕਿਉਂਕਿ ਤੁਹਾਨੂੰ ਵੀ ਲੱਗਦਾ ਵੀ ਭਰਤੀ ਜਲਦੀ ਆਵੇ ਸ਼ਰਤ ਰੱਦ ਹੋਵੇ ਤਾਂ ਹੁਣ ਦੇਖੋ ਮੈਂ ਇਹ ਕਿਥੋਂ ਕਹਾਦਾ ਸਰਕਾਰ ਤੋਂ ਜੇ ਸਰਕਾਰ ਹੀ ਇਹ ਕਹੋਗੀ ਵੀ ਹਾਂ ਅਸੀਂ ਸ਼ਰਤ ਰੱਦ ਕਰਦੇ ਆ ਤਾਂ ਮੈਂ ਵੀ ਆਪਣੇ ਚੈਨਲ ਤੇ ਵੀਡੀਓ ਇਦਾਂ ਹੀ ਪਾਉਂਗਾ ਕਿ ਹਾਂ ਸਰਕਾਰ ਆ ਜਿਹੜੀ ਸ਼ਰਤ ਉਹ ਰੱਦ ਕਰਦੀ ਆ ਤਾਂ ਜੋ ਸਰਕਾਰ ਦੀ ਲੈਂਗੁਏਜ ਹੁੰਦੀ ਹੈ ਮੈਨੂੰ ਪਤਾ ਉਹ ਥੋੜੀ ਨੈਗੇਟਿਵਿਟੀ ਵਾਲੀ ਹੁੰਦੀ ਹੈ ਇਸ ਕਰਕੇ ਮੈਂ ਵੀ ਨੈਗੇਟਿਵਿਟੀ ਵਾਲੀ ਵੀਡੀਓ ਪਾ ਦਨਾ ਫਿਰ ਤੁਹਾਨੂੰ ਇਹ ਲੱਗਦਾ ਪਤਨੀ ਵੀ ਨੈਗੇਟਿਵਿਟੀ ਹੁੰਦੀ ਆ ਪਰ ਦੇਖੋ ਉੱਥੇ ਮੈਂ ਆਪਣੇ ਵੱਲੋਂ ਕੋਈ ਝੂਠੀ ਗੱਲ ਪਾਦਾ ਪੋਜ਼ਿਟਿਵਿਟੀ ਵਾਲੀ ਪਾਦਾ ਫਿਰ ਉਹ ਹੋ ਤੁਸੀਂ ਮੈਨੂੰ ਕਹੋਗੇ ਵੀ ਝੂਠੀ ਗੱਲ ਹੈ ਨਾ ਇਸ ਕਰਕੇ ਹੁਣ ਚਲੋ ਆਪਾਂ ਆਹ ਅਪਡੇਟ ਤੁਹਾਨੂੰ ਦੱਸ ਦਈਏ ਕਿ ਜਿਹੜੀ ਕੱਲ ਆਪਣੀ ਕਮਿਟਿੰਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਪ੍ਰਿੰਸੀਪਲ ਸਕੱਤਰ ਹਿਮਾਂਸ਼ੂ ਜਨ ਦੁਆਰਾ ਕੀਤੀ ਗਈ ਸੀ ਬਠਿੰਡੇ ਚ ਤਾਂ ਉਹਨਾਂ ਨੇ ਵੀ ਉੱਥੇ ਇਹੀ ਗੱਲ ਾਕੀ ਸੀ ਕਿ ਤੁਹਾਡੇ ਜਿਹੜਾ ਕੰਮ ਉਤੇ ਤੁਹਾਡੇ ਜਿਹੜੇ ਮੰਗਾ ਸੰਬੰਧੀ ਵਰਕ ਚੱਲ ਰਿਹਾ ਤੇ ਅਸੀਂ ਦੁਆਰਾ ਈਐਮ ਸਰ ਨੂੰ ਕਹਿ ਦਾਂਗੇ ਤਾਂ ਹੁਣ ਸਾਰੇ ਸਾਥੀਆਂ ਨੂੰ ਬੇਨਤੀ ਇਹੋ ਆ ਕਿ ਜੇਕਰ ਤੁਸੀਂ ਚਾਹੁੰਦੇ ਹੋ ਕਿ ਆਪਣੀ ਸ਼ਰਤ 55% ਵਾਲੀ ਰੱਦ ਹੋਵੇ ਤੇ ਨਵੀਂ ਭਰਤੀ ਜਲਦੀ ਆਵੇ ਤਾਂ ਆਪਣੀ ਯੂਨੀਅਨ ਵੱਲੋਂ ਜਿਹੜੀ ਪੁਰਾਣੀ ਯੂਨੀਅਨ ਆ ਦੇਖੋ ਆਪਣੇ ਲਈ ਦੋਨੇ ਯੂਨੀਅਨਾਂ ਇੱਕੋ ਨੇ ਆਪਾਂ ਨੂੰ ਕੋਈ ਖਾਸ ਕਿਸੇ ਨਾਲ ਕੋਈ ਬਹੁਤਾ ਉਹ ਨਹੀਂ ਹੈਗਾ ਨਵੀਂ ਯੂਨੀਅਨ ਵੀ ਅੱਜ ਮੀਟਿੰਗ ਕਰਕੇ ਆਈ ਹੈ ਤਾਂ ਉਹਨਾਂ ਦੀ ਵੀ ਇਹੀ ਸੇਮ ਅਪਡੇਟ ਆ ਉਹਨਾਂ ਵੱਲੋਂ ਵੀ ਇਹੀ ਕਿਹਾ ਗਿਆ ਕਿ ਲਾਰਾ ਹੀ ਲਾਇਆ ਅੱਜ ਤੇ ਇਹਦੇ ਵਿੱਚ ਪ੍ਰਾਣੀ ਯੂਨੀਅਨ ਵੱਲੋਂ 5 ਸਤੰਬਰ ਯਾਨੀ ਕਿ ਟੀਚਰ ਡੇ ਵਾਲੇ ਦਿਨ ਜਿਹੜਾ ਮੁੱਖ ਮੰਤਰੀ ਦੀ ਕੋਠੀ ਦਾ ਘਰਾਉ ਕੀਤਾ ਜਾਊਗਾ ਜੇਕਰ ਤੁਹਾਨੂੰ ਲੱਗਦਾ ਤੁਹਾਡੇ ਬੀਚ 55% ਤੋਂ ਨੰਬਰ ਘਟਦੇ ਆ ਤਾਂ ਤੁਸੀਂ 5 ਤਰੀਕ ਨੂੰ ਜਰੂਰ ਪਹੁੰਚੋ ਤੇ ਆਪਾਂ ਆਪਣੀਆਂ ਸ਼ਰਤਾਂ ਦਾ ਹੱਲ ਕਰਾ ਸਕੀਏ ਇਹ ਕਰ ਤੁਸੀਂ ਇਦਾਂ ਹੀ ਘਰਾਂ ਚ ਬੈਠ ਕੇ ਮੇਰੇ ਵਰਗੇ ਦੀ ਵੀਡੀਓ ਦੇਖ ਕੇ ਤੁਸੀਂ ਨੀਚੇ ਕਮੈਂਟ ਹੀ ਕਰਨੇ ਨੇ ਤੇ ਇਹ ਕੋਈ ਅਪਡੇਟ ਨਹੀਂ ਹੋਈ ਇਹ ਉਹ ਨਹੀਂ ਹੋਇਆ ਥੋੜਾ ਚੈਨਲ ਬੇਕਾਰਾ ਮੇਰੇ ਕਣੀਓ ਲੱਖ ਕਰੀ ਜਾਓ ਮੇਰੇ ਚੈਨਲ ਨੂੰ ਅਨਸਬਸਕ੍ਰਾਈਬ ਕਰ ਦਿਓ ਮੈਨੂੰ ਕੋਈ ਦਿੱਕਤ ਨਹੀਂ ਮੇਰੇ ਕਣੀਓ ਮੇਰੇ ਦੋ ਜਾਣਗੇ ਨਾ ਮੇਰੇ ਕੋਲੇ 10 ਨਵੇਂ ਆਉਂਦੇ ਆ ਇਦਾਂ ਦੇ ਮੈਨੂੰ ਸਾਲ ਚ ਪਿਛਲੇ ਸਾਲ ਤੋਂ ਬਹੁਤ ਮਿਲ ਗਏ ਜਿਹੜੇ ਦੋ ਚਾਰ ਰੋੜੇ ਜਾਂਦੇ ਨੇ ਉਹਦੇ ਬਦਲੇ ਮੇਰੇ ਕੋਲ ਨਾ 10 ਨਵੇਂ ਆ ਜਾਂਦੇ ਆ ਜੇ ਮੈਨੂੰ ਅੱਜ 20 ਘਟਣਗੇ ਤਾਂ ਅੱਜ ਮੇਰਾ 150 ਨਵੇਂ ਆ ਜਾਊਗਾ ਇਸ ਕਰਕੇ ਮੈਨੂ ਦਾ ਨਹੀਂ ਫਰਕ ਪੈਂਦਾ ਇਸ ਚੀਜ਼ੇ ਦਾ ਬਸ ਤੁਸੀਂ ਆਪਣਾ ਇਹ ਧਿਆਨ ਰੱਖਿਓ ਕਿ 5 ਸਪਟੰਬਰ ਨੂੰ ਧਰਨਾ ਬੀਆ ਟਟਪਸ ਯੂਨੀਅਨ ਦਾ ਤੇ ਜੇਕਰ ਤੁਸੀਂ ਚਾਹੁੰਦੇ ਹੋ ਆਪਣੀਆਂ ਸ਼ਰਤਾਂ ਦਾ ਹੱਲ ਕਰਾਉਣਾ ਤਾਂ ਪਲੀਜ਼ ਤੁਸੀਂ ਧਰਨੇ ਤੇ ਜ਼ਰੂਰ ਪਹੁੰਚਿਓ ਤਾਂ ਕਿ ਜਿਹੜੀ 55% ਦੀ ਸ਼ਰਤ ਹੈ ਉਹ ਰੱਦ ਹੋਵੇ ਤੇ ਨਵੀਂ ਭਰਤੀ ਜਲਦੀ ਆਵੇ ਐਮਪੀ ਦੇ ਇਲੈਕਸ਼ਨ ਤੋਂ ਪਹਿਲਾਂ ਤਾਂ ਕਿ ਨਵੀਂ ਭਰਤੀ ਆ ਜਾਏ ਇਹੀ ਅੱਜ ਦੀ ਅਪਡੇਟ ਸੀ ਕਿਸੇ ਨੂੰ ਕੋਈ ਵੱਧ ਘੱਟ ਸ਼ਬਦ ਬੋਲਿਆ ਗਿਆ ਹੋਵੇ ਤਾਂ ਉਹਦੇ ਲਈ ਤੁਹਾਡੇ ਤੋਂ ਮਾਫੀ ਮੰਗਦੇ ਆਂ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਅੱਜ ਦੀ ਇਹ ਅਪਡੇਟ ਸੀਗੀ ਥੈਂਕ ਯੂ ਸੋ ਮੱਚ